मैं पिछले दिनों भी अमरिंदर सिंह याद करवाया सी कि अपना पिछोकड़ याद करो कैप्टन अमरिंदर सिंह जी तुहाडे घरे तां कदे रोटी नहीं सी पकदी। इन्हां दे जिहड़े बजुर्ग ने काला चौधरी दे भतीजे सतवें पातशाह गुरु हर राय साहिब महाराज जी दे कोल आ के अपना ढिड खड़काउंदे ने कि साडे घर रोटी नहीं पकदी, कृपा करो। ते जे हुण इह ते इंसाफ नहीं दिओगे तां तुहाडा जिहड़ा हसर है ਉਹ ਸੁਰਜੀਤ ਸਿੰਘ ਬਰਨਾਲੇ ਦਾ ਟੱਬਰ ਲੱਭੋ ਅੱਜ ਰਾਜਨੀਤੀ ਦੇ ਵਿੱਚ ਕਿੱਥੇ ਹੈ। ਮੈਂ ਕਹਿੰਦਾ ਵੀ ਕੋਈ ਵੀ ਸਿੱਖ ਪੈਸੇ ਦੀ ਲੋੜ ਨਹੀਂ ਸਾਨੂੰ ਕਿਸੇ ਨੂੰ ਵੀ, ਅਸੀਂ ਇਨਸਾਫ ਚਾਹੁੰਦੇ ਹਾਂ, ਬੇਅਦਬੀ ਦੇ ਮਸਲੇ 'ਤੇ ਇਨਸਾਫ ਸਾਨੂੰ ਮਿਲਣਾ ਚਾਹੀਦਾ। ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ ਬਣਾਈ ਗਈ 3 ਮੈਂਬਰੀ ਨਵੀਂ ਵਿਸ਼ੇਸ਼ ਜਾਂਚ ਟੀਮ ਨੇ ਆਪਣੇ ਦੂਜੇ ਪੜਾਅ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪਹਿਲੇ ਪੜਾਅ ਦੌਰਾਨ ਨਵੀਂ ਸੈੱਟ ਦੇ ਮੈਂਬਰਾਂ ਨੇ ਕੋਟਕਪੂਰਾ ਦੇ ਬੱਤੀਆਂ ਵਾਲੇ ਚੌਂਕ ਵਿੱਚ ਪਹੁੰਚ ਕੇ ਮੌਕੇ 'ਤੇ ਦੇਖਿਆ ਸੀ, ਕੁਝ ਦੁਕਾਨਦਾਰਾਂ ਨਾਲ ਗੱਲਬਾਤ ਵੀ ਕੀਤੀ ਸੀ। ਹੁਣ ਦੂਜੇ ਪੜਾਅ ਦੌਰਾਨ ਫਰੀਦਕੋਟ ਵਿੱਚ ਬਣੇ SIT ਦੇ ਦਫ਼ਤਰ ਵਿੱਚ ਅਧਿਕਾਰੀਆਂ ਨੇ ਪਹੁੰਚ ਕੇ ਗਵਾਹਾਂ ਨੂੰ ਬੁਲਾ ਕੇ ਉਹਨਾਂ ਦੇ ਬਿਆਨ ਦਰਜ ਕੀਤੇ, ਜਿਸ ਵਿੱਚ ਮੁੱਖ ਤੌਰ 'ਤੇ ਭਾਈ ਹਰਜਿੰਦਰ ਸਿੰਘ ਮਾਝੀ ਆਪਣੇ ਸਾਥੀਆਂ ਸਮੇਤ ਪਹੁੰਚੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਮਾਝੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਖੂਬ ਝਾੜ ਝੰਬ ਕੀਤੀ। ਭਾਈ ਮਾਝੀ ਨੇ ਕਿਹਾ ਕਿ ਜੇ ਅਮਰਿੰਦਰ ਸਿੰਘ ਏਦਾਂ ਹੀ ਗੁਰੂ ਘਰ ਤੋਂ ਬੇਮੁੱਖ ਹੁੰਦੇ ਰਹੇ ਤਾਂ ਉਹਨਾਂ ਦਾ ਹਸ਼ਰ ਵੀ ਸੁਰਜੀਤ ਸਿੰਘ ਬਰਨਾਲਾ ਵਰਗਾ ਹੀ ਹੋਵੇਗਾ। ਸਵਾਲ ਲੋਕਾਂ ਦਾ ਇਹ ਹੈ ਕਿ ਜਿਹੜੀ 2.5 ਸਾਲ ਬਰੀਕੀ ਦੇ ਨਾਲ ਜਾਂਚ ਹੋਈ ਹੈ, ਇਸ ਤੋਂ ਪਹਿਲਾਂ ਹੁਣ 6 ਮਹੀਨੇ ਦਾ ਸਮਾਂ ਰਹੇਗਾ ਸਰਕਾਰ ਦਾ, ਲੋਕਾਂ ਨੂੰ ਅੱਜ ਇਹ ਲੋਕਾਂ ਦੀ ਸਵਾਲ ਹੈ ਕਿ ਇਨਸਾਫ਼ ਨਹੀਂ ਮਿਲਣਾ। ਲੋਕਾਂ ਦੀ ਗੱਲ ਬਿਲਕੁਲ ਜਾਇਜ਼ ਹੈ ਜੀ, ਸਾਨੂੰ ਵੀ ਇਵੇਂ ਲੱਗਦਾ ਇਨਸਾਫ਼ ਨਹੀਂ ਮਿਲਣਾ। ਪਰ ਮੈਂ ਕਹਿੰਦਾ ਜੇ ਕੈਪਟਨ ਅਮਰਿੰਦਰ ਸਿੰਘ ਦੀ ਇੱਛਾ ਸ਼ਕਤੀ ਹੋਵੇ, ਮੈਂ ਪਿਛਲੇ ਦਿਨਾਂ 'ਚ ਵੀ ਅਮਰਿੰਦਰ ਸਿੰਘ ਨੂੰ ਯਾਦ ਕਰਵਾਇਆ ਸੀ ਕਿ ਆਪਣਾ ਪਿਛੋਕੜ ਯਾਦ ਕਰੋ ਕੈਪਟਨ ਅਮਰਿੰਦਰ ਸਿੰਘ ਜੀ, ਤੁਹਾਡੇ ਘਰੇ ਤਾਂ ਕਦੇ ਰੋਟੀ ਨਹੀਂ ਸੀ ਪੱਕਦੀ। ਇਹਨਾਂ ਦੇ ਜਿਹੜੇ ਬਜ਼ੁਰਗ ਨੇ ਕਾਲਾ ਚੌਧਰੀ ਦੇ ਭਤੀਜੇ ਸਤਵੇਂ ਪਾਤਸ਼ਾਹ ਗੁਰੂ ਹਰ ਰਾਏ ਸਾਹਿਬ ਮਹਾਰਾਜ ਜੀ ਦੇ ਕੋਲ ਆ ਕੇ ਆਪਣਾ ਢਿੱਡ ਖੜਕਾਉਂਦੇ ਨੇ ਕਿ ਸਾਡੇ ਘਰ ਰੋਟੀ ਨਹੀਂ ਪੱਕਦੀ, ਕਿਰਪਾ ਕਰੋ। ਉਸ ਵਕਤ ਗੁਰੂ ਹਰ ਰਾਏ ਸਾਹਿਬ ਪਾਤਸ਼ਾਹ ਨੇ ਕਿਹਾ ਸੀ ਕਿ ਗੁਰੂ ਘਰ ਨੂੰ ਸਮਰਪਿਤ ਰਹੋ, ਤੁਹਾਨੂੰ ਕੋਈ ਤੋੜ ਨਹੀਂ ਆਉਣੀ। ਅਤੇ ਕੈਪਟਨ ਅਮਰਿੰਦਰ ਸਿੰਘ ਜੀ, ਤੁਸੀਂ ਗੁਰੂ ਸਾਹਿਬ ਪਾਤਸ਼ਾਹ ਦੀਆਂ ਬਹੁਤ ਬਖਸ਼ਾਂ ਤੁਹਾਡੇ ਪਰਿਵਾਰ 'ਤੇ ਹੋਈਆਂ, ਠੀਕ ਹੈ, ਤੁਹਾਡਾ ਸਤਿਕਾਰ ਕਰਦੀ ਹੈ ਕੌਮ, ਕਿਉਂ 84 ਦੇ ਮਸਲੇ 'ਤੇ ਤੁਸੀਂ ਸਟੈਂਡ ਲਿਆ, ਅਸਤੀਫਾ ਦਿੱਤਾ, ਅਤੇ ਕੌਮ ਨੇ ਤੁਹਾਨੂੰ 2 ਵਾਰੀ ਮੁੱਖ ਮੰਤਰੀ ਵੀ ਬਣਾਤਾ ਗੁਰੂ ਨੇ। ਅਤੇ ਜੇ ਹੁਣ ਇਹ 'ਤੇ ਇਨਸਾਫ਼ ਨਹੀਂ ਦਿਓਗੇ ਤਾਂ ਤੁਹਾਡਾ ਜਿਹੜਾ ਹਸਰ ਹੈ ਉਹ ਸੁਰਜੀਤ ਸਿੰਘ ਬਰਨਾਲੇ ਦਾ ਟੱਬਰ ਲੱਭੋ ਅੱਜ ਰਾਜਨੀਤੀ ਦੇ ਵਿੱਚ ਕਿੱਥੇ ਹੈ। ਜਿਹੜਾ 1986 'ਚ ਬਲੈਕ ਥੰਡਰ ਕਰਾਉਂਦਾ, ਅੱਜ ਉਹਦਾ ਪੁੱਤ ਅਤੇ ਪੋਤਾ ਸਿਰਫ ਇੱਕ MLA ਦੀ ਟਿਕਟ ਦੇ ਲਈ ਲੇਲਣੀਆਂ ਕੱਢਦੇ ਫਿਰਦੇ ਆ, ਜਿਹੜਾ ਬੰਦਾ ਕਿਸੇ ਵਕਤ ਮੁੱਖ ਮੰਤਰੀ ਸੀ, ਅੱਜ ਉਹਨਾਂ ਦੇ ਬੱਚਿਆਂ ਦਾ ਇਹ ਹਾਲ ਹੈ। ਸੋ ਭਵਿੱਖ ਇਹਨਾਂ ਦਾ ਚੰਗਾ ਨਹੀਂ ਹੋਣਾ। ਪਰ ਜੇ ਇਹਨਾਂ ਦੇ ਵਿੱਚ ਇੱਛਾ ਸ਼ਕਤੀ ਹੈਗੀ ਹੈ, ਮੈਂ ਕਹਿੰਦਾ ਵੀ ਇਹਨੂੰ ਲੰਬਾ ਟਾਈਮ ਨਹੀਂ ਚਾਹੀਦਾ, ਸਿਰਫ 15 ਦਿਨ ਵੀ ਮੇਰਾ ਖਿਆਲ ਵੱਧ ਨੇ, 15 ਦਿਨਾਂ ਦੇ ਅੰਦਰ ਅੰਦਰ ਇਨਸਾਫ਼ ਮਿਲ ਸਕਦਾ, ਕੋਈ ਬਹੁਤਾ ਔਖਾ ਕੰਮ ਨਹੀਂ। ਦੂਜਾ ਮੈਂ ਨਾਲ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਇਹ ਤੋਂ ਹਟਵੀਂ ਜਿਹੜੀ ਗੱਲ ਜਿਹੜੀ ਬਹੁਤ ਜ਼ਰੂਰੀ ਹੈ ਕਿ ਸਾਡੇ ਬੇਕਸੂਰ ਲੋਕਾਂ ਦੇ ਉੱਤੇ ਟੌਰਚਰ ਹੋਇਆ, ਟੌਰਚਰ ਕੀਤੇ ਗਏ ਬੰਦੇ, ਤਾਂ ਸਰਕਾਰ ਦੇ ਮੰਤਰੀ ਜਿਹੜੇ ਸੀਗੇ ਉਹ 5 ਸਤੰਬਰ 2018 ਨੂੰ ਬੁਰਜ ਜਵਾਹਰ ਸਿੰਘ ਵਾਲਾ ਪਿੰਡ ਦੇ ਵਿੱਚ ਆਏ। ਉੱਥੇ ਆ ਕੇ ਉਹਨਾਂ ਨੇ ਜਿਹੜਾ ਗ੍ਰੰਥੀ ਗੋਰਾ ਸਿੰਘ ਹੈ ਉਹਨੂੰ ਟੌਰਚਰ ਕੀਤਾ ਗਿਆ ਸੀ ਜਦੋਂ ਗੁਰਦੇਵ ਪ੍ਰੇਮੀ ਦੀ ਮੌਤ ਹੋ ਗਈ ਸੀਗੀ, ਤਾਂ ਉਹਦੀ ਵਾਈਫ ਨੂੰ ਵੀ ਇੰਨਾ ਕੁ ਜ਼ਿਆਦਾ ਤਸ਼ੱਦਦ ਉਸ ਭੈਣ 'ਤੇ ਹੋਇਆ ਕਿ ਉਸ ਭੈਣ ਦੀ ਬੱਚੇਦਾਨੀ ਨੂੰ ਵੀ ਪ੍ਰੋਬਲਮ ਆ ਗਈ ਸੀਗੀ, ਬੜੇ ਲੋਕਾਂ ਦੇ ਉੱਤੇ ਕਹਿਰ ਟਾਇਆ ਗਿਆ। ਤਾਂ ਉਸ ਵਕਤ ਸੁਨੀਲ ਜਾਖੜ, ਮੈਂ ਜਿਹੜੀ 5 ਸਤੰਬਰ ਦੀ ਤੁਹਾਨੂੰ ਗੱਲ ਦੱਸਦਾ, ਸੁਨੀਲ ਜਾਖੜ, ਨਵਜੋਤ ਸਿੰਘ ਸਿੱਧੂ, ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ, ਇਹੋ ਜਿਹੜੇ ਬੰਦੇ ਸੀ, ਸੁੱਖੀ ਰੰਧਾਵਾ ਹੋ ਗਿਆ, ਸਾਧੂ ਸਿੰਘ ਧਰਮਸੋਤ, ਇਹ 5-6 ਜਣੇ ਆਏ। ਇਹਨਾਂ ਨੇ ਉੱਥੇ ਇੱਕ ਗੱਲ ਕਹੀ ਵੀ ਅਸੀਂ ਗੋਰਾ ਸਿੰਘ ਗ੍ਰੰਥੀ ਨੂੰ 5 ਲੱਖ ਰੁਪਈਆ ਜਿਹੜਾ ਦੇਵਾਂਗੇ, ਆਰਥਿਕ ਮਦਦ ਕਰਾਂਗੇ, ਅਤੇ ਜਿਹੜੇ ਬੇਕਸੂਰ ਸਾਡੇ ਨੌਜਵਾਨ ਕੁੱਟੇ ਗਏ ਰੁਪਿੰਦਰ ਸਿੰਘ ਅਤੇ ਜਸਵਿੰਦਰ ਸਿੰਘ, ਇਹਨਾਂ ਨੂੰ 15-15 ਲੱਖ ਰੁਪਈਆ ਸਰਕਾਰ ਵੱਲੋਂ ਦੇਵਾਂਗੇ। ਮੈਂ ਕਹਿੰਦਾ ਵੀ ਕੋਈ ਵੀ ਸਿੱਖ ਪੈਸੇ ਦੀ ਲੋੜ ਨਹੀਂ ਸਾਨੂੰ ਕਿਸੇ ਨੂੰ ਵੀ, ਅਸੀਂ ਇਨਸਾਫ਼ ਚਾਹੁੰਦੇ ਹਾਂ, ਬੇਅਦਬੀ ਦੇ ਮਸਲੇ 'ਤੇ ਇਨਸਾਫ਼ ਸਾਨੂੰ ਮਿਲਣਾ ਚਾਹੀਦਾ। ਔਰ ਜਿਹੜੇ ਸਾਡੇ ਬੇਕਸੂਰਾਂ ਨੂੰ ਗੋਲੀਆਂ ਮਾਰ ਕੇ ਫੱਟੜ ਕੀਤਾ ਅਤੇ 2 ਸਾਡੇ ਸ਼ਹੀਦ ਕਰਤੇ, ਕਿਸ਼ਨ ਭਗਵਾਨ ਸਿੰਘ ਅਤੇ ਭਾਈ ਗੁਰਜੀਤ ਸਿੰਘ, ਉਹਦਾ ਇਨਸਾਫ਼ ਸਾਨੂੰ ਮਿਲਣਾ ਚਾਹੀਦਾ। ਪਰ ਮੈਂ ਕਹਿੰਦਾ ਵੀ ਇਹਦੇ 'ਤੇ ਦੇਖੋ, ਇਹ ਨਵਜੋਤ ਸਿੰਘ ਸਿੱਧੂ ਆ ਪਿਛਲੇ ਦਿਨੀ ਇੱਥੇ ਫੋਟੋਆਂ ਕਰਵਾ ਕੇ ਵੀਡੀਓ ਬਣਾ ਕੇ ਗਿਆ ਬੁਰਜ ਜਵਾਹਰ ਸਿੰਘ ਵਾਲੇ, ਉਹ ਮੈਂ ਕਹਿੰਦਾ ਵੀ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਸਾਰੇ ਬੰਦਿਆਂ ਨੂੰ, ਵੀ ਉਹ ਘੱਟੋ ਘੱਟ ਜਿਹੜੇ ਬੰਦਿਆਂ ਤੋਂ ਟੌਰਚਰ ਹੋਇਆ, ਕੀ ਅੱਜ ਤੱਕ ਪੰਜਾਬ ਸਰਕਾਰ ਨੇ, ਬਾਦਲ ਕਿਆਂ ਨੇ, ਜਾਂ ਕੈਪਟਨ ਅਮਰਿੰਦਰ ਸਿੰਘ ਨੇ, ਜਾਂ ਪੁਲਿਸ ਪ੍ਰਸ਼ਾਸਨ ਨੇ,
कदे रुपिंदर सिंह जसविंदर सिंह दे परिवार तो माफ़ी मंगी है भी तुहानू बेकसूरां असी टंगता सी फाहे लाता सीगा देखो कैसे हालात बनने सी जे उत्थे फूलका साहब भूमिका ना निभाउंदे चंगी ਤਾਂ ਕੀ ਬਣ ਜਾਣਾ ਸੀ ਕਿ ਸਿੱਖ ਆਪ ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦੇ ਆ ਆਪ ਹੀ ਇਹ ਮਤਲਬ ਰੌਲਾ ਪਾ ਲੈਂਦੇ ਆ ਡਿਸਟਰਬ ਕਰਦੇ ਆ ਲੋਕਾਂ ਨੂੰ ਸੋ ਇਸ ਕਰਕੇ ਜਿਹੜਾ ਇਹ ਗੋਰਾ ਸਿੰਘ ਗ੍ਰੰਥੀ ਹੈ ਜਿਹਦੇ ਟੌਰਚਰ ਹੋਇਆ ਉਹਦੇ ਤੋਂ ਰੁਪਿੰਦਰ ਜਸਵਿੰਦਰ ਤੋਂ ਇਹਨਾਂ ਤੋਂ ਮਾਫ਼ੀ ਵੀ ਮੰਗਣੀ ਚਾਹੀਦੀ ਆ ਪੰਜਾਬ ਸਰਕਾਰ ਨੂੰ ਵੀ ਪ੍ਰਸ਼ਾਸਨ ਨੂੰ ਵੀ ਅਤੇ ਇਹਨਾਂ ਨੂੰ ਆਰਥਿਕ ਮਦਦ ਵੀ ਦੇਣੀ ਚਾਹੀਦੀ ਹੈ ਨਹੀਂ ਤਾਂ ਇਹ ਮਤਲਬ ਸ਼ੋਸ਼ੇਬਾਜ਼ੀ ਹੈ ਜਿਹੜੀ ਉਹ ਚੱਲੀ ਜਾਂਦੀ ਹੈ।